ਹਾਂ ਜੀ ਦੋਸਤੋ, ਇਸ ਵੀਡੀਓ ਵਿੱਚ ਮੈਂ ਗੱਲ ਕਰਾਂਗੀ ਕਿ ਕਿਸ ਤਰ੍ਹਾਂ ਤੁਸੀਂ ਕੀ ਹੈ ਡਾਕਟਰ ਅੰਬੇਦਕਰ ਦੇ ਜਿਹੜਾ ਪੋਰਟਲ ਆ ਜੀ SCBC ਜਿਹਦੇ ਵਿੱਚ ਕੀ ਹੈ ਕੈਂਡੀਡੇਟ ਨੇ, ਸਟੂਡੈਂਟ ਨੇ ਫਾਰਮ ਅਪਲਾਈ ਕਰ ਰਹੇ ਨੇ ਵੀਜ਼ੇ ਦੇ ਲਈ, ਤਾਂ ਇਸ ਵਾਰ ਕੀ ਹੈ ਜਿਹੜੀ ਨਵੀਂ ਅਪਡੇਸ਼ਨ ਆਈ ਹੈ ਜੀ, ਇਸ ਵਾਰ ਤੁਹਾਨੂੰ ਦੱਸ ਦੇਵਾਂ ਮੈਂ। ਉਹ ਦੋਸਤੋ ਇਹ ਹੈ ਕਿ ਕੀ ਹੈ ਜਿਹੜਾ ਇਹ ਮਤਲਬ ਆਪਣਾ ਫ੍ਰੀ ਸ਼ਿਪ ਕਾਰਡ ਆ ਜੀ, ਉਹ ਅਪਲਾਈ ਕਰਨਾ ਹੈ। ਕਿਸ ਤਰ੍ਹਾਂ ਕਰਨਾ? ਇਹ ਬਹੁਤ ਵੱਡੀ ਸਮੱਸਿਆ ਜੀ, ਯਾਨੀ ਕੈਂਡੀ ਸਟੂਡੈਂਟ ਵਾਸਤੇ ਨਵੀਂ, ਵੀ ਜਿਹੜਾ ਕਿਵੇਂ ਅਪਲਾਈ ਕਰਨਾ ਜੀ, ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਪਤਾ ਹੈਗਾ। ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਯਾਨੀ ਕਿ ਇਹੀ ਚੀਜ਼ ਦੱਸਾਂਗਾ, ਕਲੀਅਰ ਕਰਾਂਗਾ, ਠੀਕ ਹੈ ਜੀ, ਵੀ ਕਿਵੇਂ ਆਪਾਂ ਜਿਹੜਾ ਫ੍ਰੀ ਸ਼ਿਪ ਕਾਰਡ ਆ ਇਹ ਅਪਲਾਈ ਕਰ ਸਕਦੇ ਹਾਂਗੇ, ਠੀਕ ਹੈ ਜੀ। ਤਾਂ ਇਹ ਤੁਸੀਂ ਲਗਭਗ ਜਿਹੜੀ ਇਹਦੀ ਅਪਲਾਈ ਕਰਨ ਦੀ ਲਾਸਟ ਤਰੀਕ ਹੈਗੀ ਹੈ ਜੀ, ਉਹ ਹੈਗੀ ਹੈ ਦੋਸਤੋ ਲਾਸਟ ਡੇਟ ਆ ਉਹ ਸਬਮਿਟ 30 ਸਤੰਬਰ, ਠੀਕ ਆ। ਇਸ ਤਰ੍ਹਾਂ ਇਹ ਤੁਸੀਂ ਦੇ ਸਕਦੇ ਹੋਗੇ। ਅਤੇ ਇਸਦੇ ਲਈ ਤੁਸੀਂ ਦੋਸਤੋ ਕੀ ਹੈ ਇਹ ਜਿਹੜੀ ਵੈਬਸਾਈਟ ਹੈਗੀ ਡਾਕਟਰ ਅੰਬੇਦਕਰ, ਠੀਕ ਹੈ ਜੀ, ਇਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਉੱਥੇ ਜਾ ਕੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋਗੇ। ਅਤੇ ਠੀਕ ਹੈ, ਜਿੱਥੇ ਸਟੂਡੈਂਟ ਲੌਗਇਨ 'ਤੇ ਸਟੇਸ਼ਨ 'ਤੇ ਜਾਣਾ, ਉਸ ਤੋਂ ਤੁਹਾਡੀ ਆਈ ਡੀ ਪਾਸਵਰਡ ਬਣਨੀ, ਉਸ ਤੋਂ ਬਾਅਦ ਤੁਸੀਂ ਲੌਗਇਨ ਕਰੋਗੇ, ਠੀਕ ਆ। ਲੌਗਇਨ ਕਰਨ ਤੋਂ ਬਾਅਦ ਤੁਹਾਡੇ ਜਿਹੜੇ ਸਾਹਮਣੇ ਇਸ ਤਰ੍ਹਾਂ ਦੀ ਜਿਹੜੀ ਡੈਸ਼ਬੋਰਡ ਆਪਸ਼ਨ ਆਊਗੀ, ਠੀਕ ਹੈ, ਇੱਥੇ ਲਿਖਿਆ ਹੋਊਗਾ ਅਪਲਾਈ ਫਾਰ ਫਿਸ਼ ਕਾਰਡ। ਅਸਲ 'ਚ ਦੋਸਤੋ ਕੀ ਹੋਇਆ, ਮੈਂ ਇਹਦੇ ਵਿੱਚ ਕੀ ਹੈ ਸਟੂਡੈਂਟ ਦਾ ਡਾਟਾ ਫਿਲ ਕਰ ਰਿਹਾ ਸੀਗਾ, ਠੀਕ ਹੈ ਜੀ, ਉਹ ਸਾਰੇ ਡਿਟੇਲ ਮੈਂ ਭਰ ਦਿੱਤੀ ਹੈ। ਅਤੇ ਉਸ ਤੋਂ ਬਾਅਦ ਕੀ ਤੁਸੀਂ ਸੈਂਡ ਅਪਰੂਵਡ ਕਰ ਦੇਣਾ, ਤੁਹਾਡਾ ਜਿਹੜਾ ਕਾਰਡ ਉਹ ਅਪਲਾਈ ਹੋ ਜੂਗਾ, ਠੀਕ ਹੈ। ਤਾਂ ਇੱਥੇ ਤੁਸੀਂ ਜਾਓਗੇ ਤਾਂ ਤੁਸੀਂ ਲਿਖੋਗੇ ਜਿਹੜੀ ਵੀ ਕੋਰਸ ਕਰ ਰਹੇ ਹੋ, ਮਤਲਬ ਇਸ ਟਾਈਮ ਕੋਰਸ ਕਰ ਰਹੇ ਹੋ, ਉਹ ਸਿਲੈਕਟ ਕਰ ਲੈਣਾ ਗਾ। ਉਸ ਜਿਹੜੀ ਵੀ ਮਤਲਬ ਠੀਕ ਹੈ ਜੀ, ਜਿਸ ਤਰ੍ਹਾਂ ਮੈਂ ਉਹਦੇ ITI 'ਚ ਬੰਦੇ ਨੇ ਐਡਮਿਸ਼ਨ ਲਈ ਉਹ ਕਰ ਰਿਹਾ, ਉਸ ਤੋਂ ਬਾਅਦ ਕਿਹੜੀ ਕੈਟਾਗਰੀ 'ਚ ਲਈ ਹੈ ਜੀ, ਕਿਹੜਾ ਈਅਰ, ਉਹ ਸਾਰਾ ਤੁਸੀਂ ਕੀ ਹੈ ਫਿਲ ਕਰ ਦੇਣਾ ਜੀ। ਉਸ ਤੋਂ ਬਾਅਦ ਕੁਛ ਗੱਲਾਂ ਪੁੱਛਣਗੀਆਂ ਦੋਸਤੋ, ਇਹ ਗੱਲਾਂ ਤੁਸੀਂ ਮਤਲਬ ਧਿਆਨ ਨਾਲ ਪੜ੍ਹ ਕੇ ਜੀ ਇਸਦਾ ਆਂਸਰ ਜਿਸ ਜਾਂ ਉਹਦੇ ਵਿੱਚ ਤੁਸੀਂ ਦੇਣਾ ਉਹ ਦੇਖ ਕੇ ਤੁਸੀਂ ਉਹਨੂੰ ਆਂਸਰ ਦੇ ਸਕਦੇ ਹੋਗੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਜਿਹੜੇ ਡਾਕੂਮੈਂਟ ਨੇ ਅਪਲੋਡ ਕਰਨੇ ਨੇਗੇ, ਠੀਕ ਹੈ ਜੀ, ਉਸ ਤੋਂ ਬਾਅਦ ਸਾਰਾ ਕੁਝ ਇਸ ਤੋਂ ਐਡਿਟ ਵੀ ਕਰ ਸਕਦੇ ਹੋ ਕਰਨਾ ਚਾਹੁੰਦੇ ਹੋ, ਉਸ ਤੋਂ ਬਾਅਦ ਫਾਈਨਲ ਸਬਮਿਟ ਹੋ ਜੂਗਾ ਜੀ, ਠੀਕ ਹੈ। ਤਾਂ ਇਸ ਤਰ੍ਹਾਂ ਤੁਸੀਂ ਬੜੇ ਹੀ ਆਸਾਨੀ ਦੇ ਨਾਲ ਜੀ ਫ੍ਰੀ ਸ਼ਿਪ ਕਾਰਡ ਜਿਹੜੇ ਨੇ ਇਸ ਵਾਰ ਨਵੀਂ ਅਪਡੇਟ ਆਈ ਇਹਨੂੰ ਅਪਲਾਈ ਕਰ ਸਕਦੇ ਹੋ। ਫਿਰ ਵੀ ਕੋਈ ਡਾਊਟ ਰਹੇਗਾ ਤਾਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਦੋਸਤੋ। ਥੈਂਕ ਯੂ ਦੋਸਤੋ ਵੀਡੀਓ ਦੇਖਣ ਲਈ, ਤੁਹਾਡਾ ਧੰਨਵਾਦ, ਜੈ ਹਿੰਦ।